ਬਾਪੂ ਪਾਣੀ ਦੀ ਵਾਰੀ ਆਪਣੀ ਨਹੀਂ ਸੀ ਅੱਜ? ਓਏ ਆਪਣੀ ਸੀ ਪੁੱਤਰ, ਆਪਾਂ ਨੇ ਮੱਗਰ ਨੂੰ ਦੇ ਦਿੱਤੀ ਹੈ। ਓਹ ਮਾਫ ਕਰ ਦਿਓ ਬਾਪੂ ਜੀ, ਗਲਤੀ ਨਾਲ ਡਿੱਗ ਗਿਆ। ਕੋਈ ਨਹੀਂ ਧੀਏ, ਕੋਈ ਨਹੀਂ। ਤੂੰ ਕਿਹੜਾ ਪੁੱਤ ਜਾਣਬੁੱਝ ਕੇ ਕੀਤਾ? ਚੱਕ ਲੈ ਪੁੱਤ, ਕੋਈ ਨਹੀਂ। ਚੱਲ ਕੋਈ ਨਹੀਂ, ਹੋਰ ਲੈ ਆ ਪੁੱਤ। ਚੱਲ ਕੋਈ ਨਹੀਂ, ਹਾਂਜੀ ਕੋਈ ਨਹੀਂ, ਕੋਈ ਨਹੀਂ ਬਾਪੂ, ਆਪੇ ਸਾਫ਼ ਕਰ ਲੈਂਦੇ। ਨੀ ਮਾਂ ਸਦਕੇ, ਮੇਰੀਆਂ ਧੀਆਂ ਆਈਆਂ। ਪੁੱਤ ਤੁਸੀਂ ਤੇ ਆਉਣ ਲੱਗਿਆਂ ਦੱਸਿਆ ਹੀ ਨਹੀਂ। ਬੇਬੇ ਮੇਰੀ ਭੈਣਾਂ ਦਾ ਮਿਲਣ ਨੂੰ ਦਿਲ ਕਰਦਾ ਸੀ, ਆਪਣੇ ਘਰ ਆ ਗਈਆਂ। ਪੁੱਤ ਕੀ ਗੱਲ ਹੋ ਗਈ? ਨਾ ਸਤਿ ਸ਼੍ਰੀ ਅਕਾਲ, ਨਾ ਬੋਲੀਆਂ, ਨਾ ਹੱਸੀਆਂ, ਸਭ ਸੁੱਖ ਸ਼ਾਂਤ ਹੈ। ਬਾਪੂ ਫਤਿਹ ਨੂੰ ਕਿੰਨੀ ਪੈਲੀ ਹੁੰਦੀ ਆ? ਪੈਲੀ ਆਪਾਂ ਤਾਂ ਬੈਠੋ ਆ, ਪੈਲੀ ਵੀ ਦੱਸ ਦਿੰਦੇ ਹਾਂ। ਉਹ ਤਾਂ ਅਸੀਂ ਕਿਹੜਾ ਥੋਤੋਂ ਕੋਈ ਲੁਕੋਇਆ, ਸੁੱਖ ਨਾਲ ਸੱਤ ਕਿਲੇ ਟਰੈਕਟਰ ਘੁੰਮਦਾ ਆਪਣਾ। ਤੇ ਬਾਪੂ ਜੀ ਇਹ ਸੱਤ ਕਿਲੇ ਹੈ ਕਿਹਦੇ ਨਾਮ ਤੇ? ਨਾ ਪੁੱਤ, ਨਾ ਹੋਰ ਕਿਹਦੇ ਹੋਣੀ ਹੈ, ਤੁਹਾਡੇ ਵੀਰ ਫਤਿਹ ਦੇ ਨਾਂ ਤੇ। ਸਾਡੇ ਨਾਂ ਤੇ ਕੀ ਆ? ਦੱਸੋ ਮੇਰੀ ਭੈਣਾਂ ਨੂੰ ਕੀ ਚਾਹੀਦਾ? ਮੇਰੀਆਂ ਭੈਣਾਂ ਲਈ ਉਹਨਾਂ ਦੇ ਭਰਾ ਦੀ ਜਾਨ ਹਾਜ਼ਰ ਹੈ। ਸਾਨੂੰ ਜਾਨ ਨਹੀਂ, ਜ਼ਮੀਨ ਚੋਂ ਹਿੱਸਾ ਚਾਹੀਦਾ, ਹਿੱਸਾ। ਪੁੱਤ ਇਹ ਕਿਹੋ ਜਿਹੀਆਂ ਗੱਲਾਂ ਕਰਦੀਆਂ ਤੁਸੀਂ? ਹੈ ਬਹਿ ਕੇ ਗੱਲ ਕਰੋ, ਤੁਸੀਂ ਤਾਂ ਬਗਾਨਿਆਂ ਵਾਂਗੂ ਗੱਲਾਂ ਕਰਦੀਆਂ ਜੇ। ਹੈ ਬਹਿ ਜਾਓ, ਆ ਜਾਓ, ਬਹਿ ਕੇ ਗੱਲ ਕਰਦੇ ਹਾਂ। ਇੱਥੇ ਨਾ ਅਸੀਂ ਬਹਿ ਨਹੀਂ ਆਈਆਂ, ਪਰ ਫਤਿਹ ਨੂੰ ਹਰ ਇੱਕ ਚੀਜ਼ ਫਤਿਹ ਦੇ ਨਾਂ ਤੇ, ਕੋਠੀ ਟਰੈਕਟਰ, ਇੱਥੋਂ ਤੱਕ ਕਿ ਸ਼ਹਿਰ ਵਾਲੀ ਕੋਠੀ ਵੀ ਉਹਦੇ ਨਾਂ ਤੇ ਕਰਦੀ। ਤੇ ਸਾਨੂੰ ਕੀ ਦਿੱਤਾ? ਸੱਤ ਕੰਬਲ ਮਿਲਣੀਆਂ ਲੈ। ਪਾਲਣ ਪੋਸ਼ਣ ਚ ਕੋਈ ਕਮੀ ਰਹਿ ਗਈ? ਸਾਡੀਆਂ ਧੀਆਂ ਨੂੰ ਅਜੇ ਲੱਗਦਾ ਜੇ ਅਸੀਂ ਇਹਨਾਂ ਨੂੰ ਹਿੱਸਾ ਦੇ ਦਿੰਦੇ ਹਾਂ, ਜ਼ਮੀਨ ਜਾਇਦਾਦ ਦੇ ਦਿੰਦੇ ਹਾਂ, ਫਿਰ ਇਹ ਸਾਡੀਆਂ ਧੀਆਂ ਨੇ ਅਤੇ ਅਸੀਂ ਇਹਨਾਂ ਦੇ ਮਾਂ ਪਿਓ ਹਾਂ। ਉਹ ਤਾਂ ਫਿਰ ਤਾਂ ਸਾਰਾ ਕੁਝ ਜ਼ਮੀਨ ਜਾਇਦਾਦ ਹੀ ਹੋ ਗਈ। ਸਾਡਾ ਪਿਆਰ, ਮੋਹ, ਚਾਹ, ਮਲਾਰ ਸਭ ਖਤਮ ਹੋ ਗਏ। ਰਿਸ਼ਤੇ ਨਾਤਿਆਂ ਦੀ ਕੋਈ ਕੀਮਤ ਨਹੀਂ ਰਹੀ। ਕੋਈ ਨਹੀਂ ਪੁੱਤ, ਜੇ ਤੁਸੀਂ ਫੈਸਲਾ ਕਰ ਹੀ ਲਿਆ ਤਾਂ ਤੁਹਾਨੂੰ ਥੋੜ੍ਹਾ ਹਿੱਸਾ ਮਿਲ ਜੂ, ਪਰ ਮੇਰੇ ਜਿਉਂਦੇ ਜੀ ਇਹ ਨਹੀਂ ਸੀ ਕਹਿਣਾ ਤੁਸੀਂ। ਪੁੱਤ ਜ਼ਮੀਨ ਜਾਇਦਾਦ ਕੋਠੀ ਸਭ ਕਾਹੇ ਤੋਂ ਹਿੱਸਾ ਲੈ ਲਓ, ਪਰ ਮੇਰਾ ਵੀ ਇੱਕ ਫੈਸਲਾ ਸੁਣ ਲਓ ਅਤੇ ਇਸ ਹਿੱਸੇ ਤੋਂ ਬਾਅਦ ਅਸੀਂ ਤੁਹਾਡੇ ਲਈ ਮਰ ਕੇ ਤੇ ਤੁਸੀਂ ਸਾਡੇ ਲਈ ਮਰ ਗਈਆਂ। ਚਲੋ ਠੀਕ।
ਠੀਕ ਆ ਬਾਪੂ ਜੀ, ਜਿੱਦਾਂ ਤੁਹਾਨੂੰ ਠੀਕ ਲੱਗੇ। ਨਾ ਪੁੱਤ, ਇੱਦਾਂ ਨਾ ਆਖੋ, ਨਾ ਪੁੱਤ। ਠੀਕ ਹੈ ਧੀਏ, ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੁਹਾਨੂੰ ਸਾਰੇ ਕਾਸੇ 'ਚੋਂ ਹਿੱਸਾ ਮਿਲ ਜੂ। ਹੋਰ ਦੱਸੋ, ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ? ਹੋਰ ਸਾਨੂੰ ਕੁਝ ਨਹੀਂ ਚਾਹੀਦਾ, ਬਸ ਤਿੰਨ ਬਰਾਬਰ ਦੇ ਹਿੱਸੇ ਕਰ ਦਿਓ। ਚੱਲਦੇ ਹਾਂ। ਓਏ ਨਾ ਜਾਓ ਪੁੱਤ, ਰੋਕੋ ਕੋਈ ਨਾ ਨੂੰ। ਕੀ ਹੋ ਗਿਆ ਜੀ? ਗੱਲ ਸੁਣੋ ਮੇਰੀ ਅਤੀਓ।